ਤਾਂ ਗੈਂਗਸਟਰ ਕਾਲਾ ਧਨੌਲਾ ਦੇ ਵੱਲੋਂ ਕਾਂਗਰਸੀ ਪ੍ਰਧਾਨ ਤੇ ਹਮਲਾ ਕਰਵਾਇਆ ਗਿਆ ਹੈ। ਧੜ ਧੜ ਕਰਕੇ ਉਸਦੇ ਗੋਲੀਆਂ ਮਾਰੀਆਂ ਗਈਆਂ ਨੇ। ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਧਨੌਲਾ ਬਲਾਕ ਦੇ ਕਾਂਗਰਸੀ ਪ੍ਰਧਾਨ ਤੇ ਹਮਲਾ ਹੋਇਆ ਹੈ। ਜੀ ਹਾਂ, ਗੈਂਗਸਟਰ ਕਾਲਾ ਧਨੌਲਾ ਦੇ ਵੱਲੋਂ ਇਹ ਹਮਲਾ ਕਰਵਾਇਆ ਗਿਆ ਹੈ। ਦੱਸ ਦਈਏ ਕਿ ਸੁਰਿੰਦਰਪਾਲ ਬਾਲਾ ਜੋ ਕਿ ਕਾਂਗਰਸ ਦੇ ਧਨੌਲਾ ਦੇ ਪ੍ਰਧਾਨ ਨੇ, ਜਿਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ ਹੈ, ਗੈਂਗਸਟਰ ਕਾਲਾ ਧਨੌਲਾ ਦੇ ਸਾਥੀਆਂ ਦੇ ਵੱਲੋਂ ਇਹ ਹਮਲਾ ਕੀਤਾ ਗਿਆ। ਕਾਲਾ ਧਨੌਲਾ ਦੇ ਵੱਲੋਂ ਆਪਣੇ ਗੁਰਗੇ ਭੇਜੇ ਗਏ, ਆਪਣੇ ਸਾਥੀ ਭੇਜੇ ਗਏ ਜਿਨ੍ਹਾਂ ਨੇ ਸੁਰਿੰਦਰਪਾਲ ਸਿੰਘ ਤੇ ਹਮਲਾ ਕੀਤਾ ਹੈ। ਤਾਂ ਵੱਡੀ ਖਬਰ ਹੈ, ਧਨੌਲਾ ਇਲਾਕੇ ਦੇ ਕਾਂਗਰਸੀ ਪ੍ਰਧਾਨ ਨੇ ਸੁਰਿੰਦਰਪਾਲ ਬਾਲਾ, ਜਿਨ੍ਹਾਂ ਤੇ ਜਾਨਲੇਵਾ ਹਮਲਾ ਹੋਇਆ ਹੈ, ਹਮਲਾਵਰਾਂ ਨੇ ਸੁਰਿੰਦਰਪਾਲ ਤੇ ਫਾਇਰਿੰਗ ਕੀਤੀ ਹੈ। ਤੜ ਤੜ ਕਰਕੇ ਗੋਲੀਆਂ ਚੱਲੀਆਂ ਨੇ। ਸੁਰਿੰਦਰਪਾਲ ਦੇ ਪੈਰ ਦੇ ਵਿੱਚ ਗੋਲੀ ਲੱਗੀ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਹਾਲਤ ਗੰਭੀਰ ਦੇ ਚੱਲਦਿਆਂ ਲੁਧਿਆਣਾ ਦੇ DMC ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। ਤਾਂ ਵੱਡੀ ਖਬਰ ਹੈ, ਧਨੌਲਾ ਬਲਾਕ ਦੇ ਕਾਂਗਰਸੀ ਪ੍ਰਧਾਨ ਤੇ ਹਮਲਾ ਹੋਇਆ ਹੈ, ਤੇ ਹਮਲਾ ਹੋਰ ਕਿਸੇ ਨੇ ਨਹੀਂ, ਗੈਂਗਸਟਰ ਕਾਲਾ ਧਨੌਲਾ ਦੇ ਵੱਲੋਂ ਕਰਾਇਆ ਗਿਆ। ਜੀ ਹਾਂ, ਗੈਂਗਸਟਰ ਕਾਲਾ ਧਨੌਲਾ, ਅੱਗੇ ਵੀ ਤੁਸੀਂ ਨਾਮ ਸੁਣਿਆ ਹੋਵੇਗਾ, ਕਈ ਰੰਗਦਾਰੀਆਂ ਦੇ ਵਿੱਚ ਇਸਦਾ ਨਾਮ ਮੂਹਰੇ ਆਉਂਦਾ ਹੈ, ਕਈ ਕਤਲਕਾਂਡਾਂ ਦੇ ਵਿੱਚ ਕਾਲਾ ਧਨੌਲਾ ਜੋ ਕਿ ਗੈਂਗਸਟਰ ਇਸ ਦਾ ਨਾਮ ਅੱਗੇ ਆਉਂਦਾ ਹੈ। ਅਤੇ ਹੁਣ ਇਸਨੇ ਇੱਕ ਕਾਂਗਰਸੀ ਪ੍ਰਧਾਨ ਤੇ ਹਮਲਾ ਕਰਵਾਇਆ ਹੈ, ਜੋ ਕਿ ਧਨੌਲਾ ਬਲਾਕ ਦੇ ਕਾਂਗਰਸੀ ਪ੍ਰਧਾਨ ਨੇ ਸੁਰਿੰਦਰਪਾਲ ਬਾਲਾ, ਜਿਨ੍ਹਾਂ 'ਤੇ ਜਾਨਲੇਵਾ ਹਮਲਾ ਹੋਇਆ ਹੈ, ਗੰਭੀਰ ਹਾਲਤ ਦੇ ਵਿੱਚ ਇਹਨਾਂ ਨੂੰ ਲੁਧਿਆਣਾ ਦੇ DMC ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਬੰਦੇ ਤਾਂ ਜੀ ਹੁਣ ਇਨਵੈਸਟੀਗੇਸ਼ਨ ਜਾਂ ਉਹ ਦੱਸਣਗੇ ਬਿਆਨ, ਤੇ ਮੈਂ ਉਸ ਟਾਈਮ ਕੋਲੇ ਨਹੀਂ ਸੀਗਾ, ਤੇ ਕੋਈ ਮੈਂ ਇਸ ਤਰ੍ਹਾਂ ਦਾ ਬਿਆਨ ਵੀ ਨਹੀਂ ਦੇਣਾ ਚਾਹੁੰਦਾ ਜਿਹਦੇ ਨਾਲ ਜਿਹੜੀ ਇਨਵੈਸਟੀਗੇਸ਼ਨ ਪ੍ਰਭਾਵਿਤ ਹੋਵੇ। ਠੀਕ ਹੈ, ਬਹੁਤ ਮਾੜੀ ਘਟਨਾ ਵਾਪਰੀ ਆ, ਜਿਹੜੀ ਮਤਲਬ ਲਾਅ ਐਂਡ ਆਰਡਰ ਦੀ ਪਿਛਣ ਤੁਹਾਨੂੰ ਪਤਾ ਹੀ ਹੈ, ਜਿਵੇਂ ਰੋਜ਼ ਹੀ ਗੈਂਗਵਾਰ ਹੋ ਰਹੀ ਹੈ, ਅਤੇ ਇੱਕ ਭਲੇ ਮਾਨਸ ਬੰਦੇ ਨੂੰ ਉਹਦੇ ਖੇਤ ਕੰਮ ਕਰਨ ਨੂੰ ਆ ਕੇ 20-25 ਬੰਦੇ ਇੰਨੇ ਬਾ ਗੋਲੀਆਂ ਮਾਰਨ, ਕੁੱਟਮਾਰ ਕਰਨ, ਅਤੇ ਮੈਂ ਇਹ ਚੀਜ਼ ਦੀ ਨਿਖੇਧੀ ਕਰਦਾ। ਅਤੇ ਅਸੀਂ ਆਪਣੇ ਇਸ ਆਗੂ ਦੇ, ਸਾਡਾ ਬਲਾਕ ਪ੍ਰਧਾਨ ਆ ਬਰਨਾਲਾ 2 ਦਾ, ਅਸੀਂ ਪੂਰੀ ਜ਼ਿਲ੍ਹਾ ਕੌਂਸਲ ਕਮੇਟੀ ਪੂਰੀ ਪੰਜਾਬ ਪ੍ਰਦੇਸ਼ ਕਮੇਟੀ ਦੇ ਨਾਲ, ਅਤੇ ਪੂਰਾ ਡਟ ਕੇ ਦੇ ਨਾਲ ਖੜਾਂਗੇ, ਜਿੱਥੇ ਵੀ ਕੋਈ ਲੋੜ ਪਈ ਕੋਈ ਐਜੀਟੇਸ਼ਨ ਕਰਨ ਦੀ ਇਨਸਾਫ ਲਈ, ਅਤੇ ਉਹ ਸਾਰਾ ਕੁਝ ਕਰਾਂਗੇ। ਅਸੀਂ ਆਪਦੇ ਜਿਹੜੇ ਸਟੇਟ ਆਗੂਆਂ ਦੇ ਅਸੀਂ ਧਿਆਨ 'ਚ ਲਾ ਦਿੱਤੀ ਆ, ਜਲਦੀ ਇਹਦੇ ਸੰਬੰਧੀ ਜੇ ਕੋਈ ਪੁਲਿਸ ਦੀ ਕਾਰਗੁਜ਼ਾਰੀ ਢਿੱਲੀ ਹੋਈ ਜਾਂ ਉਹ ਬੰਦੇ ਨਾ ਫੜੇ ਗਏ ਜਾਂ ਉਹਨਾਂ ਨੂੰ ਬਣਦੀ ਕਾਰਵਾਈ ਨਾ ਹੋਈ, ਤਾਂ ਬਹੁਤ ਜਲਦੀ ਤੁਸੀਂ ਜਿਹੜੀ ਇੱਥੋਂ ਦੀ ਕਾਂਗਰਸ ਤੋਂ ਸੜਕਾਂ 'ਤੇ ਆਓ। ਮਰੀਜ਼ ਨੂੰ ਕਿੱਥੇ ਰੈਫਰ ਕੀਤਾ? ਮਰੀਜ਼ ਨੂੰ ਜਿਹੜੀ ਕੇਰਾਂ ਤਾਂ ਜਿਹੜੇ ਸਰਕਾਰੀ ਹਸਪਤਾਲ ਤੋਂ ਉਹਦੇ ਵਿੱਚੋਂ ਤਾਂ ਉਹ ਫਰੀਦਕੋਟ ਜਾਂ ਪਟਿਆਲੇ ਕਰਦੇ, ਪਰ ਅਸੀਂ DMC ਲੈ ਕੇ ਚੱਲੇ। ਸਾਨੂੰ ਇੰਟੀਮੇਸ਼ਨ ਆਈ ਸੀ ਜੀ ਵੀ ਇੱਥੇ ਮਾਨਾ ਪਿੰਡੀ ਕੋਲ ਇੱਕ ਲੜਾਈ ਹੋਈ ਹੈ, ਸੁਰਿੰਦਰਪਾਲ ਸਿੰਘ ਬਾਲਾ ਜਿਨ੍ਹਾਂ ਦਾ ਨਾਮ, ਉਹਨਾਂ ਦੀ ਕਾਲਾ ਧਨੌਲਾ ਜਿਹੜਾ ਆਪਣਾ ਗੈਂਗਸਟਰ ਹੈਗਾ ਉਹਦੇ ਵੱਲੋਂ ਅਤੇ ਉਹਦੇ ਅਨਨੋਨ ਬੰਦਿਆਂ ਵੱਲੋਂ ਕੁੱਟਮਾਰ ਹੋਈ ਹੈ। ਨਹੀਂ, ਅਸੀਂ ਆਏ ਹਾਂਗੇ ਜੀ ਹੋਸਪਿਟਲ, ਡਾਕਟਰ ਸਾਹਿਬ ਤੋਂ MLR ਲੈਂਦੇ ਹਾਂ, ਉਸ ਤੋਂ ਬਾਅਦ ਹੀ ਪਤਾ ਲੱਗੂਗਾ। ਹਾਂਜੀ, ਡਾਕਟਰ ਸਾਹਿਬ ਦੀ ਓਪੀਨੀਅਨ ਅਤੇ ਉਹਨਾਂ ਦੇ ਸਟੇਟਮੈਂਟ ਰਿਕਾਰਡ ਕਰਾਂਗੇ, ਉਸ ਤੋਂ ਬਾਅਦ ਜੋ ਬਣਦੀ ਹੋਈ ਕਾਰਵਾਈ ਅਮਲ 'ਚ ਲਿਆਵਾਂਗੇ। ਹਾਂਜੀ ਹਾਂਜੀ ਹਾਂਜੀ, ਰੈਫਰ ਕਰ ਦਿੱਤਾ।